ਇੱਕ ਗਜ਼ਲ ਦੇ ਕੋਈ ਸ਼ੇਰ ਹਾਜ਼ਰ ਨੇ ਕਿ ਸੁਣ ਲਓ ਜੀ ਕੰਨ ਖੋਲ ਕੇ ਸੁਣ ਲਓ ਪੱਥਰ ਦਿਲ ਤੇ ਭਾਰ ਨਹੀਂ ਹੁੰਦਾ ਅਸਲੀ ਸੂਰਤ ਹੀ ਦਿਖਲਾਵੇ ਸ਼ੀਸ਼ਾ ਕਦੇ ਗਦਾਰ ਨਹੀਂ ਹੁੰਦਾ ਸਾਡੇ ਵਿੱਚ ਹੈ ਵੜਿਆ ਬੈਠਾ ਹੁਕਮਰਾਨ ਦੇ ਰੂਪ ਚ ਰਾਵਣ ਤੀਰਕਮਾਨ ਚਲਾਈਏ ਕਿੱਥੇ ਅੰਦਰੋਂ ਦੁਸ਼ਮਣ ਮਾਰ ਨਹੀਂ ਹੁੰਦਾ ਆਪਣੇ ਘੋੜੇ ਉਲਟ ਦਿਸ਼ਾ ਵੱਲ ਫੇਰੇ ਭਜਾਈ ਹਾਲ ਦੁਹਾਈ ਹੋਰ ਤੇ ਕੁਝ ਵੀ ਹੋ ਸਕਦਾ ਹੈ ਫੌਜਾਂ ਦਾ ਸਰਦਾਰ ਨਹੀਂ ਹੁੰਦਾ ਨਾ ਬੋਲਾਂ ਤੇ ਦਮ ਘੁੱਟਦਾ ਹੈ ਬੋਲਣ ਤੇ ਇਤਰਾਜ਼ ਹੈ ਤੈਨੂੰ ਜੀ ਦੇ ਜੀ ਤਾਂ ਰੂਹ ਦਾ ਪੰਛੀ ਆਪਣੇ ਹੱਥੋਂ ਮਾਰ ਨਹੀਂ ਹੁੰਦਾ ਨਾ ਬੋਲਾਂ ਤੇ ਦਮ ਘੁੱਟਦਾ ਹੈ ਬੋਲਣ ਤੇ ਇਤਰਾਜ਼ ਹੈ ਤੈਨੂੰ ਜੀ ਦੇ ਜੀ ਤਾਂ ਰੂਹ ਦਾ ਪੰਛੀ ਆਪਣੇ ਹੱਥੋਂ ਮਾਰ ਨਹੀਂ ਹੁੰਦਾ ਤੇਰੇ ਆਲ ਦਵਾਲੇ ਝੁਰਮਟ ਇਲਾ ਗਿਰ ਜਾ ਕਾਵਾਂ ਦਾ ਹੈ ਤੇਰੇ ਆਲ ਦਵਾਲੇ ਝੁਰਮਟ ਇਲਾ ਗਿਰਜ਼ਾ ਕਾਮਾ ਦਾ ਹੈ ਵਸਤੇ ਘਰ ਵਿੱਚ ਇਸ ਤਰ੍ਹਾਂ ਦਾ ਬਿਲਕੁਲ ਹੀ ਪਰਿਵਾਰ ਨਹੀਂ ਹੁੰਦਾ ਸ਼ਾਂਤ ਸਮੁੰਦਰ ਥੱਲੇ ਜੋ ਕੁਝ ਵਰਤ ਰਿਹਾ ਹੈ ਉਸ ਨੂੰ ਸਮਝੋ ਚੁੱਪ ਦੀ ਅੰਤਰ ਪੀੜ ਸੁਨੇ ਬਿਨ ਚੜਿਆ ਕਰ ਉਤਾਰ ਨਹੀਂ ਹੁੰਦਾ ਸ਼ਾਂਤ ਸਮੁੰਦਰ ਥੱਲੇ ਜੋ ਕੁਝ ਵਰਤ ਰਿਹਾ ਹੈ ਉਸ ਨੂੰ ਸਮਝੋ ਚੁੱਪ ਦੀ ਅੰਤਰ ਪੀੜ ਸੁਨੇ ਬਿਨ ਚੜਿਆ ਕਰ ਉਤਾਰ ਨਹੀਂ ਹੁੰਦਾ ਅੱਖਾਂ ਮੀਟ ਕਬੂਤਰ ਬੈਠੇ ਬਿੱਲੀ ਖੂਬ ਤਿਆਰੀ ਵਿੱਚ ਹੈ ਮੈਂ ਤੇ ਸਿਰਫ ਕਿਹਾ ਹੈ ਜਾਗੋ ਬੈਠਾ ਕਦੇ ਉਡਾਰ ਨਹੀਂ ਹੁੰਦਾ ਸੁਣ ਚੋ ਜੀ ਕੰਨ ਲਾ ਕੇ ਸੁਣ ਲਓ